ಸರ್ಕಾರಿ ಹೌಳಿಯ ಬದ್ಮು ಮಗರೇ ಬಾರಿ ಗಲ್ಲ ಸುಣ ಸುಣದಿಯೇ ಸರ್ಕಾರಿ ಹೌಳಿಯ ಬದ್ಮು ಮಗರೇ ಬಾರಿ ಸಾಡಿ ಇಂತಜಾರ್ ಬಡಾ ಸಹಿಮ ಕೇ ಲಿಯಾ ಮೈಂ ಜನ್ಮ ದಾ ಅಧಿಕಾರ ਬੜੀ ਤੜਫ ਨਾਲ ਲਿਆ ਮੈਂ ਜਨਮ ਦਾ ਅਧਿਕਾਰ ਕੀ ਹੋਇਆ ਮੈਥੋਂ ਕਸੂਰ ਬਾਬਲਾ ਕਿਉਂ ਮੱਥੇ ਤਿਉੜੀ ਆਈਏ ਮੇਰੇ ਜੰਮਣ ਦੇ ਸਪਨਾ ਕਿਉਂ ਮਾਂ ਨੂੰ ਲਾਲਤ ਪਾਈਏ ਲੀਰਾਂ ਦੀਆਂ ਗੁੱਡੀਆਂ ਆਟੇ ਦੀ ਚਿੜੀ 'ਚੋਂ ਖੁਸ਼ੀਆਂ ਲੱਭਦੀਆਂ ਨਾ ਮੰਗਾ ਹੱਕ ਕੋਈ ਬਸ ਖੈਰ ਵੀਰਾਂ ਦੀ ਮੰਗਦੀਆਂ ਨਵੀਆਂ ਪੁਸ਼ਾਕਾਂ ਭਰਾਵਾਂ ਦੇ ਜੀਨ ਪਾਉਣੀ ਸਖ਼ਤ ਹਦਾਇਤ ਮੈਨੂੰ ਸਿਰ ਤੋਂ ਨਾ ਚੁੰਨੀ ਲਾਉਣੀ ਕੀ ਲੈਣਾ ਕੁੜੀਏ ਬਾਲਾ ਪੜ ਕੇ ਨਾਰੀ ਏਕਤਾ ਮੰਚ ਜਿਹੜਾ ਹੈਗਾ ਉਹਨਾਂ ਲਈ ਜ਼ੋਰਦਾਰ ਤਾਲੀਆਂ ਲਗਾਈਆਂ ਜਾਣ ਕਿਉਂਕਿ ਅਸੀਂ ਅੱਜ ਸਵੇਰ ਦੇ ਨਿਕਲੇ ਹਾਂ ਔਰ ਹਰ ਜਗ੍ਹਾ ਜਿੱਥੇ ਵੀ ਜਾ ਰਹੇ ਹਾਂ ਉੱਥੇ ਇੰਨੀ ਕੁ ਭੀੜ ਹੈ ਕਿ ਹੈ ਤਾਂ ਅੱਜ ਮਹਿਲਾ ਦਿਵਸ ਲੇਕਿਨ ਮਹਿਲਾਵਾਂ ਘੱਟ ਅਤੇ ਜੈਂਟਸ ਜ਼ਿਆਦਾ ਸੀ ਲੇਕਿਨ ਅੱਜ ਪਹਿਲਾ ਮੰਚ ਹੈ ਜਿੱਥੇ ਸਿਰਫ ਔਰ ਸਿਰਫ ਮਹਿਲਾਵਾਂ ਹੈ ਇਸ ਲਈ ਸੈਲਿਊਟ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਲੀਨਾ ਟਪਾਰੀਆ ਪ੍ਰੈਜ਼ੀਡੈਂਟ ਮਹਿਲਾ ਕਾਂਗਰਸ ਲੁਧਿਆਣਾ ਜਿੱਦਾਂ ਭਾਈ ਸਾਹਿਬ ਕਹਿ ਰਹੇ ਕਿ ਤੁਸੀਂ ਆਪਣੇ ਬਾਰੇ ਜ਼ਰੂਰ ਦੱਸੋ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਜਿਹੜਾ ਕਿ 8 ਮਾਰਚ ਨੂੰ ਹੀ ਮਨਾਇਆ ਜਾਂਦਾ ਹੈ ਮੈਂ ਆਪਣੇ ਬਾਰੇ ਤੁਹਾਨੂੰ ਜ਼ਰੂਰ ਦੱਸ ਦਿਆਂ ਕਿ ਮੈਂ ਇੱਕ ਕੈਪਟਨ ਦੀ ਬੇਟੀ ਹਾਂ ਰਾਜਨੀਤੀ ਦੂਰ ਦੂਰ ਤੱਕ ਨਹੀਂ ਸੀ ਪਰਿਵਾਰ ਹਾਰ ਕੇ ਸਵਾਗਤ ਕਰਦੇ ਹਨ ਤਾਂ ਇੱਕ ਮਨ 'ਚ ਜਜ਼ਬਾ ਜਿਹਾ ਸੀ ਕਿ ਪੜ੍ਹ ਲਿਖ ਕੇ ਸ਼ਾਇਦ ਬਣੀ ਸਕੀਏ ਮੈਡਮ ਆ ਗਏ ਹਨ ਸੋ ਇਹ ਜਜ਼ਬੇ ਦੇ ਨਾਲ ਅਸੀਂ ਆਪਣੀ ਪੜ੍ਹਾਈ ਕੀਤੀ ਮੈਂ MSc PhD ਕਰਕੇ ਜਦੋਂ ਲੈਕਚਰ ਲੱਗੀ ਤਾਂ ਫਿਰ ਉਸ ਤੋਂ ਬਾਅਦ ਪ੍ਰਿੰਸੀਪਲ ਦੀ ਪ੍ਰਮੋਸ਼ਨ 'ਚ ਜਾ ਪ੍ਰਿੰਸੀਪਲ ਲੱਗੀ ਤਾਂ ਇਹ ਸੀ ਵੀ ਜਿੱਥੇ ਜਾ ਕੇ ਖੜ੍ਹੇ ਹੋਈਏ ਜਦੋਂ ਕਾਲਜ 'ਚ ਜਾਈਏ ਤਾਂ ਕੋਈ ਬੈਠ ਨਾ ਸਕੇ ਅਤੇ ਜਿੱਥੇ ਅਸੀਂ ਬੈਠੀਏ ਉੱਥੇ ਕੋਈ ਖੜ੍ਹ ਨਾ ਸਕੇ ਸੀ ਜਿਸਨੇ ਮੈਨੂੰ ਹਮੇਸ਼ਾ ਆਪਣੇ ਆਪ 'ਚ ਇੱਕ ਸ਼ਖਸੀਅਤ ਬਣਾਉਣ ਲਈ ਮੈਨੂੰ ਉਹਨਾਂ ਨੇ ਬਹੁਤ ਮਦਦ ਕੀਤੀ ਮੈਂ ਹਰ ਪੇਰੈਂਟਸ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਅਤੇ ਹਰ ਬੱਚੀ ਅੱਗੇ ਵੱਧ ਕੇ ਕੁਛ ਨਾ ਕੁਛ ਕਰ ਸਕਦੀ ਹੈ ਇਹ ਜਿਹੜੀ ਉਹ ਇੱਕ ਆਪਣੇ ਬੱਚੇ ਨੂੰ ਦੇ ਸਕਦੇ ਸੀ ਇਹ ਦੇਖ ਕੇ ਨਹੀਂ ਕਿ ਇੱਕ ਮੁੰਡੇ ਨੂੰ ਦੇ ਰਹੇ ਹਾਂ ਕਿ ਕੁੜੀ ਨੂੰ ਦੇ ਰਹੇ ਹਾਂ ਅਤੇ ਮੈਂ ਇਹ ਚਾਹੂੰਗੀ ਜਿਵੇਂ ਮੈਂ ਇੱਥੇ ਖੜ੍ਹੀ ਹਾਂ ਮੇਰੇ ਤੋਂ ਵੱਡੇ ਬਹੁਤ ਵੱਡੇ ਅਹੁਦਿਆਂ ਦੇ ਲੇਡੀਜ਼ ਹੈਗੀਆਂ ਨੇ ਅਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਪੇਰੈਂਟਸ ਬਹੁਤ ਸਾਰੇ ਹੈਗੇ ਹੋ ਮੈਨ ਵੀ ਵਿਮੈਨ ਵੀ ਆਪਣੇ ਬੱਚਿਆਂ ਨੂੰ ਅਸੀਂ ਇੰਨੀ ਹੈਗੀ ਆ ਸੁਸਾਇਟੀ 'ਚ ਉਹਨੂੰ ਜਿਹੜਾ ਅੱਗੇ ਆਉਣ ਦਾ ਮੌਕਾ ਮਿਲ ਸਕੇ ਔਰ ਇਹ ਜਿਹੜਾ ਇਸ ਸਾਲ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਮੋਟੋ ਵੀ ਹੈ ਕਿ ਇਕੁਐਲਿਟੀ ਕਿ ਜਿਹੜਾ ਕੋਈ ਅੱਗੇ ਆ ਗਿਆ ਆ ਉਹਦੇ ਨਾਲ ਜਿਹੜਾ ਕੋਈ ਪਿੱਛੇ ਰਹਿ ਗਿਆ ਅਸੀਂ ਉਸਨੂੰ ਪ੍ਰੇਰਣਾ ਦੇ ਕੇ ਆਪਣੇ ਨਾਲ ਅੱਗੇ ਲੈ ਕੇ ਆਈਏ ਮਹਿਲਾ ਦਿਵਸ ਤਿਉਹਾਰ 'ਤੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਲੁਧਿਆਣੇ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਉੱਥੇ ਅਪੀਲ ਕਰਦਾ ਵੀ ਸਮਾਜ ਵਿੱਚ ਜੋ ਸਾਡੀ ਵੂਮੈਨ ਆ ਉਹਦਾ ਬਹੁਤ ਵੱਡਾ ਉੱਚਾ ਅਹੁਦਾ ਜਿਹਨੂੰ ਅਸੀਂ ਸਨਮਾਨ ਕਰਨਾ ਚਾਹੀਦਾ ਅਤੇ ਹਰ ਪੱਖੋਂ ਹਰ ਧਰਮ 'ਤੇ ਹਰ ਧੀ ਨੂੰ ਨਾਰੀ ਦਾ ਸਤਿਕਾਰ ਕਰਨਾ ਚਾਹੀਦਾ ਜਿਵੇਂ ਕਿ ਅੱਜ ਗੋਗਾ ਜੀ ਨੇ ਬਹੁਤ ਹੀ ਵਧੀਆ ਇਸ ਵੂਮੈਨ ਡੇ 'ਤੇ ਸਨਮਾਨਿਤ ਸਾਡੀਆਂ ਸ਼ਖਸੀਅਤਾਂ ਜੋ ਇਸਤਰੀਆਂ ਨੇ ਉਹਨਾਂ ਨੂੰ ਕੀਤਾ ਇਸ ਤਰ੍ਹਾਂ ਹੀ ਇਹ ਸਮਾਜ 'ਚ ਇਹਨਾਂ ਨੂੰ ਮੂਹਰੇ ਲਿਆਉਣਾ ਚਾਹੀਦਾ ਜਾਂ ਪਤਾ ਲੱਗਿਆ ਜਾ ਕਿ ਸਾਡੇ ਬੱਚਿਆਂ ਨੂੰ ਵੀ ਔਰਤ ਦਾ ਸਨਮਾਨ ਹੋਵੇ ਥੈਂਕ ਯੂ ਧੰਨਵਾਦ ਮੌਕੇ 'ਤੇ ਮੈਂ ਆਪਣੇ ਵੱਲੋਂ ਸਾਡੇ ਹਲਕਾ ਇੰਚਾਰਜ ਸਾਹਿਬ ਕਮਲਜੀਤ ਖੜਵਲ ਵੱਲੋਂ ਅਤੇ ਸਾਡੇ
ਦੇਸ਼ ਵਾਸੀਆਂ ਵੱਲੋਂ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ, ਕਿਉਂਕਿ ਨਾਰੀ ਏਕਤਾ ਅਤੇ ਬਿਨਾਂ ਨਾਰੀ ਦੇ ਬਿਨਾਂ ਤਾਂ ਕੋਈ ਸੰਸਾਰ ਚੱਲ ਹੀ ਨਹੀਂ ਸਕਦਾ। ਤੋ ਅੱਜ ਨਾਰੀ ਦੀ ਯਾਨੀ ਮਹਿਲਾ ਦਿਵਸ ਦੇ ਮੌਕੇ 'ਤੇ ਇੱਕ ਇਹੋ ਜਿਹਾ ਪ੍ਰੋਗਰਾਮ ਸਰਦਾਰ ਗੋਗਾ ਜੀ ਉਲੀਕਦੇ ਨੇ, ਹਰ ਸਾਲ ਮਨਾਉਂਦੇ ਨੇ, ਤਾਂ ਕਿ ਨਾਰੀ ਏਕਤਾ ਨੂੰ ਅੱਗੇ ਲਿਆਇਆ ਜਾ ਕੇ। ਅੱਜ ਨਾਰੀ ਏਕਤਾ ਵੀ ਸਾਡੇ ਤੋਂ ਬਹੁਤ ਅੱਗੇ ਨੇ, ਇਹ ਆਪਾਂ ਕੋਈ ਉਲੀਕਣ ਨਹੀਂ ਕਰ ਸਕਦੇ ਵੀ ਮਹਿਲਾ ਸਾਡੇ ਤੋਂ ਪਿੱਛੇ ਰਹਿ ਚੁੱਕੀਆਂ ਨੇ। ਅੱਜ ਸਾਡੀਆਂ ਬੱਚੀਆਂ, ਸਾਡੀਆਂ ਬੇਟੀਆਂ, ਸਾਡੀਆਂ ਚਾਹੇ ਵਾਈਫ ਹੀ ਆ, ਸਾਡੀ ਸਾਡੇ ਤੋਂ ਬਹੁਤ ਅੱਗੇ ਪਹੁੰਚ ਚੁੱਕੇ ਨੇ ਪੜ੍ਹਾਈ ਲਿਖਾਈ ਦੇ ਖੇਤਰ ਦੇ ਵਿੱਚ। ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ ਵੀ, ਵੱਡਾ ਸਾਡੀਆਂ ਮਾਤਾਵਾਂ ਦਾ ਬਹੁਤ ਯੋਗਦਾਨ ਹੈ। ਸੋ ਇਸ ਦੇ ਉੱਤੇ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਉਸ ਤੋਂ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਵੱਲੋਂ ਜਿੱਥੇ ਸੰਸਥਾ ਦਾ ਬਹੁਤ ਬਹੁਤ ਆਭਾਰੀ ਹਾਂ, ਉੱਥੇ ਹੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਅੱਜ ਦੇ ਮੌਕੇ 'ਤੇ ਇਹਨਾਂ ਨੇ ਲੁਧਿਆਣਾ ਸ਼ਹਿਰ ਦੀਆਂ ਬੜੀਆਂ ਮਹਾਨ ਸ਼ਖਸੀਅਤਾਂ, ਮਹਿਲਾਵਾਂ, ਚਾਹੇ ਉਹ ਸਾਡੀ ਮਹਿਲਾ ਕਾਂਗਰਸ ਦੀ ਪ੍ਰਧਾਨ ਸੀ, ਚਾਹੇ ACPC, ਚਾਹੇ DRO ਸੀ, ਚਾਹੇ DOC, ਚਾਹੇ CDPO ਸੀ, ਪ੍ਰਿੰਸੀਪਲ ਸੀ, ਉਹ ਸਾਰਿਆਂ ਦਾ ਸਨਮਾਨ ਕੀਤਾ ਇਹਨਾਂ ਨੇ, ਔਰ ਛੋਟੀਆਂ ਛੋਟੀਆਂ ਬੱਚੀਆਂ ਨੇ ਜਿੰਨਾ ਵਧੀਆ ਕਲਚਰਲ ਪ੍ਰੋਗਰਾਮ ਕੀਤਾ। ਵਾਕਈ ਇੱਕ ਬੜਾ ਹੀ ਮਿਹਨਤ ਦੇ ਨਾਲ ਛੋਟੇ ਛੋਟੇ ਬੱਚੇ ਜਦੋਂ ਕੋਈ ਆਈਟਮ ਕਰਦੇ ਆ ਸਟੇਜ ਦੇ ਉੱਤੇ ਸ਼ੋਅ ਕਰਦੇ, ਤਾਂ ਬਹੁਤ ਮਿਹਨਤ ਕਰਨੀ ਪੈਂਦੀ ਆ, ਔਰ ਅੱਜ ਬਹੁਤ ਹੀ ਅੱਛਾ ਪ੍ਰੋਗਰਾਮ ਇੱਥੇ ਔਰਗਨਾਈਜ਼ ਕੀਤਾ ਗਿਆ। ਮੈਂ ਗੋਗਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੇ ਉਪਰਾਲਿਆਂ ਸਦਕਾ ਉਹਨਾਂ ਦੀ ਸਾਰੀ ਜੋ ਟੀਮ ਆ, ਨਾਰੀ ਏਕਤਾ ਆਸਥਾ ਸੰਸਥਾ ਵੱਲੋਂ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ 'ਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਔਰ ਇਹ ਕਾਮਨਾ ਕਰਦਾ ਕਿ ਹਮੇਸ਼ਾ ਸਾਡੇ ਪਿੱਛੇ ਵੀ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਪੰਜਾਬ ਦੇ ਵਿੱਚ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਮੁੱਖ ਮੰਤਰੀ ਪੰਜਾਬ ਨੇ 50% ਹੀ ਕੋਟਾ ਜਿਹੜਾ ਟਿਕਟਾਂ ਸੀਗੀਆਂ ਮਹਿਲਾਵਾਂ ਨੂੰ ਦਿੱਤੀਆਂ ਸੀਗੀਆਂ, ਅਤੇ ਕਾਂਗਰਸ ਹਮੇਸ਼ਾ ਮਹਿਲਾਵਾਂ ਨੂੰ ਅੱਗੇ ਲੈ ਕੇ ਆਉਂਦੀ ਰਹੀ ਹੈ, ਸੋਨੀਆ ਗਾਂਧੀ ਜੀ ਦੀ ਸੋਚ ਰਹੀ ਹੈ। ਸੋ ਇਸ ਮੌਕੇ 'ਤੇ ਬਹੁਤ ਬਹੁਤ ਵਧਾਈ ਦਿੰਦਾ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮਹਿਲਾ ਦਿਵਸ ਦੇ ਉੱਤੇ? ਮਹਿਲਾਵਾਂ ਨੂੰ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਂ ਦੇ ਕੇ ਕੌਂਸਲਰ ਦੀਆਂ 50% ਹਾਊਸ ਦੇ ਵਿੱਚ ਮਜੋਰਟੀ ਦਿੱਤੀ ਆ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਘਰੋਂ ਨਿਕਲ ਕੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਡਿਊਟੀ ਨਿਭਾਉਣ, ਜਿੱਦਾਂ ਸਾਡੇ ਮਾਣਯੋਗ ਮੁੱਖ ਮੰਤਰੀ ਜਿਹੜੇ ਕੈਬਨਿਟ ਮਿਨਿਸਟਰ ਹੈਗੇ ਆ, ਭਾਰਤ ਆਸ਼ੂ ਜੀ ਦੀ ਵਾਈਫ ਆ ਮਮਤਾ ਆਸ਼ੂ, ਕੰਮ ਕਰ ਰਹੀ ਉਸੇ ਤਰੀਕੇ ਨਾਲ ਜਿੱਦਾਂ ਲੀਨਾ ਟਪਾਰੀਆ ਕੰਮ ਕਰੀ, ਉਸੇ ਤਰੀਕੇ ਨਾਲ ਸੋਸ਼ਲ ਲੋਕਾਂ 'ਚ ਜਾ ਕੇ, ਬੱਚਿਆਂ 'ਚ ਜਾ ਕੇ ਆਪਣਾ ਕਾਰਗੁਜ਼ਾਰੀ ਕਰਨ, ਤਾਂ ਕਿ ਜੇ ਸਰਕਾਰ ਨੇ ਜਾਂ ਪਾਰਟੀ ਨੇ ਇੱਕ ਮਾਣ ਬਖਸ਼ਿਆ ਤਾਂ ਉਹਦੀ ਇੱਜ਼ਤ ਬਹਾਲ ਹੋ ਸਕੇ। ਜੈ ਹਿੰਦ। ਪਹਿਲਾਂ ਤਾਂ ਮੈਂ ਸਾਰੇ ਮਹਿਲਾ ਵਰਗ ਨੂੰ ਵਧਾਈ ਦਿੰਦਾ, ਔਰ ਨਾਰੀ ਏਕਤਾ ਆਸਰਾ ਸੰਸਥਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਪਿਛਲੇ 25 ਸਾਲਾਂ ਤੋਂ ਕਰਦੇ ਆ ਰਹੇ ਨੇ। ਔਰ ਉਸੇ ਸਦਕਾ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸੰਸਥਾ ਨੇ ਪਹਿਲੀ ਵਾਰੀ ਲੋਹੜੀ ਮਨਾਈ ਸੀ ਤਾਂ ਬੜਾ ਸਮਾਜ ਦੇ ਵਿੱਚ ਗੱਲਾਂ ਹੋ ਰਹੀਆਂ ਸੀ ਕਿ ਇਹ ਕੀ ਕਰ ਰਹੇ ਨੇ, ਪਰ ਅੱਜ ਉਸ ਜੋ ਮਨੋਰਥ ਸੀ ਸਾਡਾ ਉਹ ਪੂਰਾ ਹੋਇਆ ਕਿ ਹੁਣ ਲੜਕੀਆਂ ਮੰਗਣ ਨਹੀਂ ਜਾਣਾ ਪੈਂਦਾ ਲੋਹੜੀ ਮਨਾਉਣ ਵਾਸਤੇ, ਆਪ ਲੈ ਕੇ ਆ ਰਹੇ ਨੇ ਲੋਕ। ਸੋ ਇਹ ਜਿਹੜੀ ਚੇਂਜ ਆਈ ਆ ਉਸ ਦੇ ਲਈ ਮੈਂ ਸਾਰੇ ਹੀ ਮਹਿਲਾਵਾਂ ਦਾ ਖਾਸ ਕਰਕੇ ਧੰਨਵਾਦ ਕਰਦਾ, ਔਰ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਨੂੰ, ਆਪਣੀਆਂ ਧੀਆਂ ਨੂੰ ਆਜ਼ਾਦੀ ਦਿੱਤੀ ਹੈ, ਔਰ ਉਹ ਅੱਜ ਇਸ ਤਰ੍ਹਾਂ ਦੇ ਸਮਾਗਮ ਕਰ ਰਹੀਆਂ ਨੇ ਔਰ ਉਹਨਾਂ ਦਾ ਸਤਿਕਾਰ ਹੋ ਰਿਹਾ। ਮਹਿਲਾ ਦਿਵਸ ਦੇ ਮੌਕੇ 'ਤੇ ਤੁਸੀਂ ਅੱਜ ਕੀ ਖਾਸ ਕੀਤਾ ਹੈਗਾ? ਅਸੀਂ ਅੱਜ ਉਹਨਾਂ 7 ਸ਼ਖਸੀਅਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਬਹੁਤ ਵੱਡੀ ਉਪਲਬਧੀਆਂ ਕੀਤੀਆਂ ਨੇ। ਅਸੀਂ ਹਰ ਸਾਲ ਹੀ 5 ਜਾਂ 7 ਇਹਨਾਂ ਸ਼ਖਸੀਅਤਾਂ ਦਾ ਸਨਮਾਨ ਕਰਦੇ ਹਾਂ, ਔਰ ਮੈਂ ਉਹਨਾਂ ਨੂੰ ਵੀ ਅੱਜ ਵਧਾਈ ਦਿੰਦਾ ਕਿ ਉਹਨਾਂ ਦਾ ਅੱਜ ਇੱਥੇ ਸਨਮਾਨ ਹੋਇਆ ਸੰਸਥਾ ਵੱਲੋਂ।